श्री राम, हर हर शंभू, हर हर महादेव, अल्लाह अकबर। भी साथियों, इस दुनिया के इस धरती के उत्ते धर्म एक ही आ, और धर्म का मतलब है ड्यूटी टुवार्ड्स ह्यूमन फंडामेंटल राइट। धर्म दो नहीं हो सकते। वेशभूषावां लोगों ने अलग अलग बना के बिजनेस सेंटर अलग अलग जरूर बनाए होंगे, पर धर्म एक ही आ। इंसानियत, इंसानियत की कदर कीमत, इंसानियत के फंडामेंटल अधिकार, इंसानियत की बराबरता, यही साढ़े 35 महापुरश गुरु ग्रंथ साहब जी के विराजमान। साढ़े 35 महापुरशा ने इसे चीज लिए परिवार बारे संघर्ष किया, बराबरता लिया के लिए, इंसानियत की कदर कीमत जिहड़ियां ने वह पै जाण ते इहदे वास्ते साढ़े महापुरशा ने संघर्ष किया। साथियों, धर्म दो नहीं हो सकते, धर्म अलग अलग नहीं हो सकते, धर्म एक ही आ। जे रब एक आ तो फिर धर्म भी एक आ। सो मैं अगे कोई गल करा, उस तो पहला मैं आप जी दे नाल एक वीडियो सांझी करना चाहना हाँ, और ये सुनो पहला वीडियो। तुसी अपने धर्म का प्रचार कित भी कर सकते हैं। जे तुसी लोग 40-40, 50-50 लख रुपया खर्च करके और सगिया भैन लावा तोर लावा लैके बहरले मुल्क जाने की रीत तोरते हो, बहरले मुल्क जाने वास्ते रिश्ते तार तार करते हो, और कंट्रिया क्रिश्चियन कंट्रिया उत्थे जाके टॉयलटा भी साफ करते हैं, गटर भी साफ करते हैं, गारबेज भी चुकते हैं, उत्थे जाके कोई सीधे MLA तो लगते नहीं हो, ड्राइवरी भी करते हैं कुछ साढ़े भरा, कुछ साढ़े भरा दूजिया जॉबा भी करते हैं, 18-18 घंटे 24-24 घंटे भी काम करते हैं, और क्रिश्चियन कंट्रिया ने
ਗਾਣਾ ਲਾਉਂਦੀਆਂ, ਉੱਥੇ ਜਾ ਕੇ ਤੁਸੀਂ ਨਗਰ ਕੀਰਤਨ ਵੀ ਕੱਢਦੇ ਆ, ਉੱਥੇ ਵੀ ਤੁਹਾਡੇ ਪੋਸਟਰ ਇਸੇ ਤਰੀਕੇ ਨਾਲ ਲੱਗਦੇ ਆ। ਤੇ ਜਦੋਂ ਤੁਸੀਂ 40-40 ਲੱਖ ਰੁਪਇਆ ਖਰਚ ਕਰਕੇ ਉਹਨਾਂ ਕ੍ਰਿਸਚਨ ਕੰਟਰੀਆਂ ਨੂੰ ਫਿਰ ਕੀ ਕਰਨ ਜਾਂਦੇ ਆ, ਤੁਸੀਂ ਉਹਨਾਂ ਕ੍ਰਿਸਚਨ ਕੰਟਰੀਆਂ ਨੂੰ ਫਿਰ ਕੀ ਕਰਨ ਜਾਂਦੇ ਆ, ਗੋਰਿਆਂ ਦੀਆਂ ਟੋਇਲਟਾਂ ਸਾਫ ਕਰਨ ਵਾਸਤੇ ਜਾਂਦੇ ਆ। ਕਿਉਂ? ਕਿਉਂਕਿ ਤੁਹਾਨੂੰ ਪਤਾ ਆ ਵੀ ਉੱਥੇ ਲਾ ਐਂਡ ਆਰਡਰ ਆ, ਉੱਥੇ ਕਾਨੂੰਨ ਆ, ਉੱਥੇ ਪੈਸਾ ਆ, ਉੱਥੇ ਸੁੱਖ ਸੁਵਿਧਾਵਾਂ ਨੇ। ਭਾਵੇਂ ਜਾ ਕੇ ਗੋਰਿਆਂ ਦੀਆਂ ਟੋਇਲਟਾਂ ਸਾਫ ਕਰਦੇ ਆ, ਭਾਵੇਂ ਜਾ ਕੇ ਤੁਸੀਂ ਗੋਰਿਆਂ ਦੇ ਡਾਇਪਰ ਬਦਲਦੇ ਆ, ਪਿਛਵਾੜੇ ਧੋਨੇ ਆ, ਤੁਸੀਂ ਗੋਰਿਆਂ ਦੇ ਤੁਸੀਂ ਰਿਸ਼ਤੇ ਵੀ ਤਾਰ ਤਾਰ ਕਰਦੇ ਆ, ਡੌਂਕੀਆਂ ਵੀ ਤੁਸੀਂ ਲਾ ਕੇ ਬਾਹਰਲੇ ਮੁਲਕਾਂ ਨੂੰ ਜਾਂਦੇ ਆ, ਕੀ ਕਰਨ ਵਾਸਤੇ? ਗੋਰਿਆਂ ਦਾ ਪਿਛਵਾੜਾ ਧੋਣ, ਗੋਰਿਆਂ ਦੀਆਂ ਟੋਇਲਟਾਂ ਸਾਫ ਕਰਨ ਵਾਸਤੇ। ਤੇ 50-50 ਲੱਖ ਰੁਪਇਆ ਖਰਚ ਕਰਦੇ ਆ, ਕਿੰਨੇ ਖਿਖਰ ਕਰਦੇ ਆ ਤੁਸੀਂ। ਧੀਆਂ ਭੈਣਾਂ ਨਾਲ ਲਾਵਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤੁਸੀਂ ਜਾਂਦੇ ਆ, ਤੁਹਾਨੂੰ ਰੱਬ ਮਾਫ਼ ਕਰੂਗਾ? ਭਾਰਤ ਦਾ ਸੰਵਿਧਾਨ ਇਜਾਜ਼ਤ ਦਿੰਦਾ ਆ ਕਿ ਭਾਰਤ ਚ ਰਹਿਣ ਵਾਲਾ ਹਰ ਬੰਦਾ ਕਿਸੇ ਵੀ ਧਰਮ ਨੂੰ ਆਪਣੀ ਮਨ ਮਰਜ਼ੀ ਦੇ ਨਾਲ ਮੰਨ ਸਕਦਾ ਆ। ਲੇਕਿਨ ਤੁਸੀਂ ਜਦੋਂ ਆਪਣੇ ਇਹ ਜੋ 35 ਮਹਾਂਪੁਰਸ਼ਾਂ ਦੀ ਸੋਚ ਸੀ, ਹੁਣ ਤੁਸੀਂ ਉਹਨੂੰ ਬਿਜ਼ਨਸ ਬਣਾ ਲਿਆ। ਪਿੰਡਾਂ ਦੇ ਵਿੱਚ ਜਾਤਾਂ ਦੇ ਆਧਾਰ ਤੇ 5-5 ਗੁਰਦੁਆਰੇ ਬਣਾ ਲਏ ਆ। ਜਦੋਂ ਤੁਸੀਂ ਗਰੀਬਾਂ ਦੀਆਂ ਮੜੀਆਂ ਵੱਖਰੀਆਂ ਕਰਦੇ ਆ, ਇੱਥੇ ਸ਼ਹਿਰਾਂ ਦੇ ਵਿੱਚ ਕੋਈ ਕਿਸੇ ਦੀ ਮੜੀ ਵੱਖਰੀ ਨਹੀਂ ਆ, ਉੱਥੇ ਸਭ ਦੇ ਬਰਾਬਰ ਸੰਸਕਾਰ ਹੁੰਦੇ ਆ, ਚਾਹੇ ਉਹ ਪੰਡਿਤ ਆ ਤੇ ਚਾਹੇ ਉਹ ਕੋਈ ਨੀਵੀਂ ਜਾਤ ਦਾ, ਅਖੌਤੀ ਨੀਵੀਂ ਜਾਤ ਦਾ, ਕੋਈ ਸਾਰੇ ਇੱਕੋ ਪਲੇਟਫਾਰਮ ਦੇ ਉੱਤੇ ਉਹਨਾਂ ਦਾ ਸੰਸਕਾਰ ਹੁੰਦਾ। ਤੇ ਪਿੰਡਾਂ ਦੇ ਵਿੱਚ ਗਰੀਬ ਤਬਕਾ ਰਹਿੰਦਾ, ਜਿਨ੍ਹਾਂ ਨੂੰ ਤੁਸੀਂ ਆਪਣੀ ਸਿੱਖੀ ਦਾ ਫਲਸਫਾ ਗੁਰੂ ਗ੍ਰੰਥ ਸਾਹਿਬ ਤੇ ਤੁਸੀਂ ਲਾਗੂ ਨਹੀਂ ਕਰਾ ਰਹੇ, ਜਾਤਾਂ ਦੇ ਆਧਾਰ ਤੇ, ਮੜੀਆਂ ਜਾਤਾਂ ਦੇ ਆਧਾਰ ਤੇ ਗੁਰਦੁਆਰੇ, ਫਿਰ ਉਹਨਾਂ ਗਰੀਬਾਂ ਨੂੰ ਤੁਸੀਂ ਗੁਰਦੁਆਰੇ ਦੇ ਵਿੱਚੋਂ ਬਾਹਰ ਫੜ ਕੇ ਉਹਨਾਂ ਦੇ ਹੱਥੋਂ ਬਾਲਟੀਆਂ ਖੋਲ ਲੈਂਦੇ ਆ, ਤੁਸੀਂ ਲੰਗਰ ਨਹੀਂ ਵਰਤਾ ਸਕਦੇ, ਤੁਸੀਂ ਕਹਿੰਦੇ ਆ ਵੀ ਇੱਥੇ ਤੁਸੀਂ ਪਾਠ ਨਹੀਂ ਕਰ ਸਕਦੇ, ਉਹਨਾਂ ਦੀਆਂ ਜਾਤਾਂ ਪਰਖ ਕੇ ਜਦੋਂ ਕੱਢ ਦਿੰਦੇ ਆ ਘਰਾਂ ਵਿੱਚੋਂ ਉਧਰੀ, ਉਹ ਫਿਰ ਉਹਨਾਂ ਨੂੰ ਤੇ ਰੱਬ ਚਾਹੀਦਾ? ਰੱਬ ਦੋ ਹੈ ਨਹੀਂ, ਇਹ ਤੇ ਹੈ ਨਹੀਂ ਵੀ ਰੱਬ ਗੁਰਦੁਆਰੇ 'ਚ ਵੱਖਰਾ ਤੇ ਮੰਦਰ 'ਚ ਵੱਖਰਾ ਤੇ ਗਿਰਜੇ ਘਰ 'ਚ ਵੱਖਰਾ ਤੇ ਮਸੀਤ 'ਚ ਵੱਖਰਾ, ਰੱਬ ਇੱਕ ਹੀ ਆ। ਫਿਰ ਜਦੋਂ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰਕੇ ਧਰਮ ਦੀ ਜੋ ਸਹੀ ਫਲਸਫਾ ਹੈ, ਮਾਨਸ ਕੀ ਜਾਤ ਸਭੇ ਇੱਕ ਪਹਿਚਾਣਵੋ, ਤੁਹਾਡੇ ਪ੍ਰਚਾਰਕ ਆਹ ਪ੍ਰਚਾਰ ਤੇ ਕਰਦੇ ਨਹੀਂ? ਪਿੰਡਾਂ ਦੇ ਵਿੱਚ ਜੇ ਪ੍ਰਚਾਰ ਕਰਨ ਤੇ ਗੁਰੂ ਘਰ ਇੱਕ ਹੋ ਜਾਣ, ਸ਼ਮਸ਼ਾਨ ਘਾਟ ਇੱਕ ਹੋ ਜਾਣ, ਤੁਹਾਡੇ ਪ੍ਰਚਾਰਕ ਤੇ ਡਾਲਰ ਇਕੱਠੇ ਕਰਨ ਦੇ ਲਈ ਬਾਹਰਲੇ ਮੁਲਕਾਂ 'ਚ ਜਾਂਦੇ ਆ ਤੇ ਜਿੱਥੋਂ ਵੱਧ ਨੋਟ ਮਿਲਦੇ ਆ ਉੱਧਰ ਹੀ ਪ੍ਰਚਾਰ ਕਰਦੇ ਆ। ਤੁਸੀਂ ਗਰੀਬਾਂ ਦੇ ਲਈ ਕੁਝ ਕੀਤਾ? ਕੋਈ ਸੰਸਥਾਵਾਂ ਬਣਾਈਆਂ? ਕੋਈ ਐਜੂਕੇਸ਼ਨ ਸੈਂਟਰ ਬਣਾਏ? ਨਹੀਂ। ਤੁਹਾਡਾ ਕੰਮ, ਤੁਹਾਨੂੰ ਗੁਰੂ ਨਾਲ ਕੋਈ ਮਤਲਬ ਨਹੀਂ ਆ, ਤੁਹਾਨੂੰ ਗੁਰੂ ਦੇ ਸਿਧਾਂਤਾਂ ਨਾਲ ਕੋਈ ਮਤਲਬ ਨਹੀਂ ਆ, ਗੁਰੂ ਦੇ ਫਲਸਫੇ ਨਾਲ ਕੋਈ ਮਤਲਬ ਨਹੀਂ ਆ, ਤੁਸੀਂ ਗੋਲਕਾਂ ਲਈਆਂ ਔਰ ਗੋਲਕਾਂ ਵਾਸਤੇ ਔਰ ਗੁਰੂ ਘਰਾਂ ਦੇ ਨਾਮ ਤੇ ਜੋ ਜ਼ਮੀਨਾਂ ਉਹਦੇ ਵਾਸਤੇ ਤੁਸੀਂ ਗਾਤਰੇ ਪਾਈ ਫਿਰਦੇ ਆ, ਤੁਸੀਂ ਦਿੱਖ ਸਿੱਖਾਂ ਵਾਲੀ ਬਣਾਈ ਆ, ਬਟ ਤੁਹਾਡਾ ਸਿੱਖੀ ਸਿਧਾਂਤਾਂ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੈਗਾ। ਇਸ ਕਰਕੇ ਤੁਸੀਂ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਦੇ ਸਿਧਾਂਤ ਲਾਗੂ ਹੋਣੇ ਸੀ ਉਹ ਤੁਸੀਂ ਲਾਗੂ ਨਹੀਂ ਹੋਣ ਦਿੰਦੇ, ਤੁਸੀਂ ਚਾਹੁੰਦੇ ਆ ਕਿ ਪਿੰਡਾਂ ਦੇ ਗਰੀਬ ਲੋਕ ਇਹ ਕਿਤੇ ਜਾਗਰੂਕ ਹੋ ਕੇ ਇਹਨਾਂ ਨੂੰ ਰੱਬ ਦੇ ਨਾਂ ਦੇ ਉੱਤੇ ਆਪਣੇ ਹੀ ਧਰਮ ਦੇ ਵਿੱਚ ਇਹਨਾਂ ਨੂੰ ਗੁਲਾਮ ਬਣਾ ਕੇ ਰੱਖੋ ਔਰ ਇਹਨਾਂ ਤੋਂ ਕੰਮ ਵੀ ਲਈ ਜਾਓ, ਫਿਰ ਗੁਰੂ ਘਰਾਂ ਦੇ ਵਿੱਚ ਇਹਨਾਂ ਦੇ ਖਿਲਾਫ ਮਤੇ ਵੀ ਪਾਈ ਜਾਓ ਔਰ ਇਹਨਾਂ ਦੇ ਕੋਲੋਂ ਧੱਕੇ ਨਾਲ ਕੰਮ ਕਰਵਾਓ, ਫਿਰ ਗੁਰੂ ਘਰਾਂ ਦੇ ਵਿੱਚੋਂ ਇਹਨਾਂ ਨੂੰ ਜਦੋਂ ਦਿਲ ਕਰੇ ਬਾਹਰ ਫੜ ਕੇ ਕੱਢ ਵੀ ਦਵੋ, ਇਹਨਾਂ ਦੀਆਂ ਮੜੀਆਂ ਵੀ ਵੱਖਰੀਆਂ ਹੋਣ, ਉੱਦਾਂ ਭਾਈਚਾਰਕ ਸਾਂਝ ਆ ਜੀ। ਇਸ ਮੱਝਾਂ ਚੋਰ ਦੁੱਕੀ ਦੇ ਬੱਕਰੀ ਚੋਰ ਨੂੰ ਦੁੱਕੀ ਤਿੱਕੀ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਵੀ ਜੇ ਤੂੰ ਕਹਿੰਦਾ ਆ ਵੀ ਕ੍ਰਿਸਚਨ ਕਮਿਊਨਿਟੀ ਵੀ ਜੇ ਤੁਹਾਡਾ ਕੋਈ ਪ੍ਰਚਾਰਕ ਤੁਹਾਡੇ ਪਿੰਡ ਤੋਂ ਆਏਗਾ ਤੂੰ ਲੱਤਾਂ ਵੱਢ ਦੇਗਾ, ਆ ਡਾਕਟਰ ਗੁਰਿੰਦਰ ਸਿੰਘ ਰਗੜੇਟਾ, ਮੈਂ ਆਪਣੇ ਕ੍ਰਿਸਚਨ ਭਾਈਚਾਰੇ ਦੇ ਲੋਕਾਂ ਨੂੰ ਕਹਿੰਦਾ ਮੈਨੂੰ ਦਵੋ ਇੱਕ ਬੱਸ, ਮੈਨੂੰ ਦਵੋ ਆਪਣੇ ਨਾਲ ਤੁਹਾਡੇ ਪ੍ਰਚਾਰਕ, ਮੈਂ ਲੱਖੇ ਸਿਧਾਣੇ ਇਸ ਬੰਦੇ ਦੇ ਪਿੰਡ ਜਾ ਕੇ, ਸਿਧਾਣੇ ਪਿੰਡ ਜਾ ਕੇ ਮੈਂ ਉੱਥੇ ਆਪਣੇ ਹੱਥਾਂ ਨਾਲ ਪੋਸਟਰ ਲਾਊਂਗਾ ਤੇ ਤੂੰ ਲੱਤਾਂ ਵੱਢ ਕੇ ਦਿਖਾਈ, ਫਿਰ ਤੈਨੂੰ ਦੇਖ ਲਵਾਂਗੇ ਵੱਡੇ ਗੈਂਗਸਟਰ ਨੂੰ, ਤੂੰ ਗੁੰਡਾ ਆ। ਇਹੀ ਭਾਈ ਮਾਨਸਿਕਤਾ ਦਾ ਮੋੜ ਹਲਕੇ ਵਾਲਿਆਂ ਨੂੰ ਪਤਾ ਲੱਗ ਗਿਆ ਸੀ, ਤੂੰ ਗੁੰਡਾ ਆ, ਤੂੰ ਅਜੇ ਕੁਛ ਬਣਿਆ, ਇਸੇ ਵਜ੍ਹਾ ਕਰਕੇ ਤੈਨੂੰ ਮੋੜ ਹਲਕੇ ਦੇ ਲੋਕਾਂ ਨੇ ਹਰਾਇਆ। ਤੂੰ ਜਦੋਂ ਨੋਰਮਲ ਆ, ਅਜੇ ਕੁਛ ਬਣਿਆ ਨਹੀਂ, MLA MP ਨਹੀਂ ਬਣਿਆ, ਜੇ ਤੂੰ ਸਿਆਸਤ ਦੇ ਵਿੱਚ ਤੈਨੂੰ ਕਿਸੇ ਨੇ ਕਹਿ ਦਿੱਤਾ ਵੀ ਤੂੰ ਗੈਂਗਸਟਰ ਬਣਿਆ ਸਾ, ਤੈਨੂੰ ਕੋਈ ਨਾ ਕੋਈ ਮਾਰ ਦੂ, ਤੂੰ ਹੁਣ ਸਮਾਜ ਸੇਵੀ ਬਣ ਜਾ, ਤੂੰ ਧੱਕੇ ਨਾਲ ਆਪ ਸਮਾਜ ਸੇਵੀ ਬਣ ਕੇ ਤੇਰੀ ਮਾਨਸਿਕਤਾ ਜਿਹੜੀ ਆ ਉਹ ਕ੍ਰਿਮੀਨਲਾਂ ਵਾਲੀ ਆ, ਉਹ ਗੁੰਡਿਆਂ ਵਾਲੀ ਆ, ਕਿਉਂਕਿ ਚੋਰ ਚੋਰੀ ਤੋਂ ਜਾਵੇ, ਹੇਰਾ ਫੇਰੀ ਤੋਂ ਨਾ ਜਾਵੇ, ਤੇਰੇ ਅੰਦਰ ਜਿਹੜੀ ਕ੍ਰਿਮੀਨਲ ਮਾਨਸਿਕਤਾ ਉਹ ਸਾਹਮਣੇ ਆ ਗਈ। ਤੈਨੂੰ ਅਸੀਂ ਸਿਆਸੀ ਵੀ ਨਹੀਂ ਕਹਿ ਸਕਦੇ, ਕਿਉਂਕਿ ਸਿਆਸੀ ਬੰਦਾ ਕਦੀ ਵੀ ਇੱਦਾਂ ਦੇ ਬਿਆਨ ਜਿਹੜੇ ਆ ਸ਼ਰਿਆਮ ਨਹੀਂ ਦਿੰਦਾ, ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ। ਤੂੰ ਕ੍ਰਿਮੀਨਲ ਆ, ਤੂੰ ਕ੍ਰਿਮੀਨਲ ਮਾਨਸਿਕਤਾ ਤੇਰੀ ਹੈਗੀ ਆ, ਉਹਦੇ ਕਰਕੇ ਤੂੰ ਲੋਕਾਂ ਨੂੰ ਕਹਿ ਰਿਹਾ ਵੀ ਜੇ ਸਾਡੇ ਪਿੰਡ ਦੇ ਵਿੱਚ ਕੋਈ ਵੜੂਗਾ ਪ੍ਰਚਾਰ ਕਰੂਗਾ ਕ੍ਰਿਸਚਨ ਕਮਿਊਨਿਟੀ ਦਾ, ਤੂੰ ਉਹਦੀਆਂ ਲੱਤਾਂ ਵੜੇਗਾ, ਆ ਮੈਂ ਆਊਂਗਾ। ਮੈਂ ਆਪਣੇ ਕ੍ਰਿਸਚਨ ਕਮਿਊਨਿਟੀ ਨੂੰ ਕਹਿੰਦਾ ਆ ਆਪਣੇ ਪ੍ਰਚਾਰਕ ਤੁਸੀਂ ਮੇਰੇ ਨਾਲ ਭੇਜੋ, ਮੈਨੂੰ ਦਵੋ ਬੱਸ, ਆਪਣੇ ਹੋਰ ਸਾਥੀ ਕ੍ਰਿਸਚਨ ਕਮਿਊਨਿਟੀ ਦੇ ਜਿੰਨੇ ਵੀ ਲੋਕ ਨੇ ਸਿਧਾਣੇ ਪਿੰਡ ਦੇ ਵਿੱਚ ਜਾ ਕੇ ਇਸ ਮੱਝਾਂ ਚੋਰ ਬੱਕਰੀ ਚੋਰ ਦੇ ਪਿੰਡ ਜਾ ਕੇ ਮੈਂ ਆਪਣੇ ਹੱਥਾਂ ਨਾਲ ਪੋਸਟਰ ਲਾਊਂਗਾ, ਹਾਲੇਲੂਇਆ ਬੁਲਾਊਂਗਾ, ਅਸੀਂ ਜੈ ਸ਼੍ਰੀ ਰਾਮ ਵੀ ਬੁਲਾਵਾਂਗੇ, ਜੈ ਸ਼੍ਰੀ ਰਾਮ।
हर हर शंभू, हर हर महादेव, अल्लाहू अकबर भी असीं बुलावांगे, असीं जय मसीह दी भी बुलावांगे, असीं नमः बुद्धा भी बुलावांगे और असीं फतेह भी बुलावांगे। वाहिगुरू जी का खालसा, वाहिगुरू जी की फतेह। सत श्री अकाल दोस्तों, विवाह कलम देख रहे हो तुसी, पंजाब अते पंजाबीयत नाल जुड़े रहने लई अते नवे नवे अपडेट जानने लई चैनल नू कर लो सबसक्राइब, नाल ही बने बैल आइकन नू भी प्रेस कर लो तां जो अपने चैनल दे उत्ते होण वाले हर एक अपडेट दी नोटिफिकेशन सब तो पहला तुहानू पहुँच सके। दोस्तों जेकर वीडियो वधिया लगी तां इस नू अपने दोस्त मित्रां दे नाल शेयर जरूर करो अते कमेंट अते लाइक करना ना भुलना। धन्यवाद।